ਆ ਜਾਓ ਫਿਰ ਇੱਕ ਇੱਕ ਕਰਕੇ ਕਲਾਮਾਂ ਦੀ ਲੜੀ ਆਪਾਂ ਸ਼ੁਰੂ ਕਰਦੇ ਹਾਂ। ਨਾ ਜਾਈ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ, ਉਹ ਛੇੜਦੇ ਹਾਂ ਪਹਿਲਾਂ ਆਪਾਂ। ਵੇਖ ਭਾਈ ਬਾਲਿਆ ਰੰਗ ਕਰਤਾਰ ਦੇ, ਉਸ ਤੋਂ ਪਹਿਲਾਂ ਛੇ ਲਈਏ। ਵੇਖ ਭਾਈ ਬਾਲਿਆ ਰੰਗ ਕਰਤਾਰ, ਵਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ, ਭਾਈ ਮੈਂ ਸੁਣਿਆ ਉਹ ਰਹਿੰਦੇ ਨੇ ਗਵਾਂਢ ਵਿੱਚ ਯਾਰ ਦੇ। ਵੇਖ ਭਾਈ ਬਾਲਿਆ ਰੰਗ ਕਰਤਾਰ ਦੇ, ਕਿਹੜੇ ਕਿਹੜੇ ਰੰਗ ਬੋਲਦੇ ਆ ਵੀਰਾ, ਆ ਜਾਓ ਇੱਕ ਇੱਕ ਕਰਕੇ ਬੋਲੋ ਬੋਲਦੇ। ਆਵਾਜ਼ ਸਮਝ ਆ ਰਹੀ ਆ ਸਾਰਿਆਂ ਨੂੰ ਜੀ? ਜੀ ਹੋਰ ਠੀਕ ਕਰ ਲਓ ਹਜੇ ਆਵਾਜ਼, ਆਪਣੀ ਆਵਾਜ਼ ਕਹਿੰਦੇ ਸਾਰੀ ਉਮਰ ਠੀਕ ਕਰਦੇ ਰਹੋ, ਇਹਦੀ ਕੋਈ ਸੀਮਾ ਨਹੀਂ ਆ ਵੀ ਹੁਣ ਆਵਾਜ਼ ਓਕੇ ਹੈ। ਆਵਾਜ਼ ਹਮੇਸ਼ਾ ਖੂਬਸੂਰਤ, ਹੋਰ ਖੂਬਸੂਰਤ, ਹੋਰ ਖੂਬਸੂਰਤ, ਏਦਾਂ ਦਾ ਹੀ ਪ੍ਰੋਸੈਸ ਹੈ। ਤੂੰ ਤਾੜੀਆਂ ਘੱਟ ਮਾਰਵੇ ਛੜਿਆ, ਇਹ ਦਿੱਲੀ ਵਾਲਿਓ, ਇਹ ਪ੍ਰੋਗਰਾਮਾਂ 'ਚ ਮੈਂ ਹਿਸਾਬ ਲਾਇਆ ਜਿਹੜੇ ਸੀਟੀਆਂ 'ਤੇ ਚੀਕਾਂ ਮਾਰਦੇ ਆ ਨਾ, ਇਹ ਕੇਵਲ ਉਹੀ ਬੰਦੇ ਆ ਜਿਨ੍ਹਾਂ ਦੇ ਹਜੇ ਵਿਆਹ ਨਹੀਂ ਹੋਏ। ਮੈਂ ਹਿਸਾਬ ਲਾਇਆ, ਮੈਂ ਕਿਹਾ ਬੰਦੇ ਦਾ ਵਿਆਹ ਹੋ ਜਾਵੇ ਘਰੋਂ ਬਾਹਰ ਨਿਕਲ ਕੇ ਕਿਤੇ ਚੀਕ ਨਹੀਂ ਮਾਰਦਾ, ਕਿਉਂਕਿ ਜਿਹਦੀਆਂ ਘਰੇ ਹਰ ਰੋਜ਼ ਵੱਜ ਰਹੀਆਂ ਨੇ ਉਹਨੇ ਬਾਹਰ ਕਿਉਂ ਮਾਰਨੀਆਂ ਬਾਬਾ। ਸੋ ਇਹ ਸਾਰੇ ਮੇਰੇ ਭਰਾ ਵੀਰ, ਮੈਂ ਕਿਹਾ ਯਾਰ ਜਵਾਨੀਆਂ ਮਾਣ, ਖੁਸ਼ ਰਹਿ ਮੇਰਾ ਭਰਾ, ਜਵਾਨੀ ਆ ਹੱਸਦੀ ਨੱਚਦੀ ਸੋਹਣੀ ਲੱਗਦੀ ਆ, ਪਰ ਸਿਆਣੇ ਕਹਿੰਦੇ ਆ ਕਿ ਨਾਲ ਬਸ ਇੱਕ ਜ਼ਿੰਮੇਵਾਰੀ ਵਾਲਾ ਉਹ ਖਿਆਲ ਹੈ ਨਾ, ਉਹਨੂੰ ਇੱਦਾਂ ਤੀਰ ਵਾਂਗੂ ਨਾਲ ਰੱਖੀ, ਉਹ ਜ਼ਰੂਰੀ ਆ। ਬਸ ਜੇ ਮਿਹਨਤਾਂ ਹੋ ਰਹੀਆਂ, ਪੜ੍ਹਾਈਆਂ ਚੱਲ ਰਹੀਆਂ, ਸਿਹਤ ਸਾਂਭ ਕੇ ਰੱਖੀ ਹੋਈ ਹੈ ਅਤੇ ਚੰਗੇ ਦੋਸਤ ਨੇ, ਤਾਂ ਫਿਰ ਬਾਬਾ ਕਹਿੰਦੇ ਹੱਸਣਾ ਨੱਚਣਾ ਵੀ ਕਹਿੰਦੇ ਨਾਲ ਇੱਕ ਖੂਬਸੂਰਤੀ ਬਣ ਜਾਂਦੀ ਹੈ। ਸੋ ਉਹ ਜ਼ਿੰਮੇਵਾਰੀ ਹੋਈ ਆਪਾਂ ਨਾਲ ਲੈ ਕੇ ਚੱਲੀਏ, ਬਾਕੀ ਤਾਂ ਕਿਆ ਬਾਤ ਹੈ। ਲਵੇਖ ਭਾਈ ਬਾਲਿਆ ਨਿਵਾਜ ਫਕੀਰਾਂ ਦੀ, ਸੁਣ ਲੈ ਕੁੜੇ ਚਿੱਤ ਲਾ ਕੇ ਨਿਵਾਜ ਫਕੀਰਾਂ ਦੀ, ਸੁਣ ਲੈ ਕੁੜੇ। ਲੈ ਪਹਿਲਾਂ ਵੇਖ ਭਾਈ ਬਾਲਿਆ ਫਿਰ ਛੇੜਾਂਗੇ ਰੁਕ। ਨਿਕਲਿਆ ਪਿਆ ਜਲੂਸ ਵੇ ਬਾਬਾ, ਨਿਕਲਿਆ ਪਿਆ ਜਲੂਸ, ਹੁਣ ਤੁਸੀਂ ਮੈਨੂੰ ਕਿਵੇਂ ਆਖੋਗੇ ਕਿ ਭਾਈ ਕਿਵੇਂ ਨਿਕਲਿਆ ਪਿਆ, ਨਿਕਲਿਆ ਪਿਆ ਜਲੂਸ ਵੇ ਵੀਰਾ, ਵੇ ਭਾਈ ਨਿਕਲਿਆ ਪਿਆ ਜਲੂਸ, ਦੁੱਧ ਦਹੀਂ ਨੂੰ ਛੱਡ ਕੇ ਦੁਨੀਆ, ਦੁੱਧ ਦਹੀਂ ਨੂੰ ਛੱਡ ਕੇ ਦੁਨੀਆ ਖਾਂਦੀ ਫਿਰੇ ਘਾਹ ਫੂਸ ਵੇ ਬਾਬਾ, ਨਿਕਲਿਆ ਪਿਆ ਕਿਸੇ ਵੀ ਮਾਂ ਸੇ ਪੁੱਛ ਲੋ ਆਪਕਾ ਬੱਚਾ ਕਿਆ ਖਾਤਾ ਹੈ, ਮਾਂ ਬੋਲਤੀ ਹੈ ਕਿ ਮੇਰਾ ਬੱਚਾ ਬਰਗਰ ਖਾਤਾ ਹੈ, ਅੱਜ ਕੱਲ੍ਹ ਤੋਂ ਖਾਤਾ ਹੈ। ਇੱਕ ਬਾਤ ਔਰ ਸੁਣ ਲੋ, ਜਿਨ ਜਿਨ ਕਾ ਖਾਤਾ ਹੈ ਵੋ ਮੇਰੀ ਤਰ੍ਹਾਂ ਫਿਰ 40 ਕਿਲੋ ਕਾ ਹੀ ਰਹਿ ਜਾਤਾ ਹੈ, ਇਹ ਤਾਂ ਐਸਾ ਹੀ ਹੋ ਜਾਂਦਾ ਹੈ। ਆਹ ਦੇਖ ਲਓ ਸਾਡੇ ਜਿਹੜੇ ਵਿੱਚ ਬਜ਼ੁਰਗ ਬੈਠੇ ਆ ਜਾਂ ਸਾਡੇ ਪਿਓਾਂ ਦੀਆਂ ਉਮਰਾਂ ਦੇ ਬੈਠੇ ਆ, ਲੰਮੇ ਚੌੜੇ ਹੈ, ਇਹ ਹੁੰਦੇ ਸੀ ਆਪਦੀ ਜਵਾਨੀ ਵੇਲੇ ਨੌਜਵਾਨ, ਮੈਨੂੰ ਦੇਖ ਕੇ ਲੱਗਦਾ ਵੀ ਨੌਜਵਾਨ, ਅਤੇ ਮੇਰੀਆਂ ਫੋਟੋ ਸਟੇਟਾਂ ਜਿੰਨੀਆਂ ਬੈਠੀਆਂ, ਐਂ ਜੀ ਕਰਦਾ ਵੀ ਇਹਨਾਂ ਨੂੰ ਨੌਜਵਾਨ ਨਾ ਕਹਿ, ਇਹਨਾਂ ਨੂੰ ਨੌਜਵਾਨ ਕਹਿ ਦੇ। ਹਾਂ ਤੰਦਰੁਸਤੀ ਖੰਭ ਲਾ ਕੇ ਉੱਡਗੀ ਹਰ ਕੋਈ ਖਾਵੇ ਦਵਾਈ, ਤੰਦਰੁਸਤੀ ਖੰਭ ਲਾ ਕੇ ਉੱਡਗੀ ਹਰ ਕੋਈ ਖਾਵੇ ਦਵਾਈ, ਇੰਨੀ ਗੱਲ ਯਾਦ ਰੱਖੀ, ਇਹ ਗੱਲ 2018 ਦੀ ਹੈ ਭਾਈ। ਹਾਂ ਤੰਦਰੁਸਤੀ ਖੰਭ ਲਾ ਕੇ ਉੱਡਗੀ ਹਰ ਕੋਈ ਖਾਵੇ ਦਵਾਈ, ਡਾਕਟਰ ਕੋਲੋਂ ਕੋਈ ਨਹੀਂ ਬਚਿਆ ਕੀ ਬਾਬਾ ਕੀ ਮਾਈ, ਹਰਮਨ ਬਾਈ ਅੱਜ ਕੱਲ੍ਹ ਇੱਦਾਂ ਕੋਈ ਪੈਰਾਂ ਭਾਰ ਵੀ ਨਹੀਂ ਪੈਂਦਾ ਵੇ ਬਾਈ, ਸਾਡੀਆਂ ਮਾਵਾਂ ਬੀਬੀਆਂ ਦਾਦੀਆਂ ਬਹਿ ਕੇ ਕੰਮ ਕਰਦੀਆਂ ਸੀ ਪੈਰਾਂ ਭਾਰ, ਦੁੱਧ ਰਿੜਕਦੀਆਂ ਸੀ ਪੈਰਾਂ ਭਾਰ, ਧਾਰਾਂ ਚੋਂਦੀਆਂ ਸੀ ਪੈਰਾਂ ਭਾਰ, ਘਰ ਕੱਚੇ ਸੀ ਮਿੱਟੀ ਲਿਪਦੀਆਂ ਸੀ ਪੈਰਾਂ ਭਾਰ,
ਤੜਕੇ ਸਾਡੇ ਪਿਓ ਦਾਦੇ ਸਾਰੇ ਪਾਣੀ ਵਾਲਾ ਡੱਬਾ ਲੈ ਕੇ ਜੰਗਲ ਬਣ ਜਾਂਦੇ ਸੀ ਉੱਥੇ 15 ਮਿੰਟ ਪੈਰਾਂ ਭਾਰ ਤੇ ਹੁਣ ਤੁਸੀਂ ਆਪਦੇ ਘਰੇ ਚੈੱਕ ਕਰ ਲਓ ਸਾਰਿਆਂ ਦੇ ਅੰਗਰੇਜ਼ੀ ਸੀਟਾਂ ਬੰਦਾ ਤੜਕੇ ਜੇ ਇੱਥੇ ਹੀ ਬੈਠਾ ਹੈ ਕੰਮ ਤਾਂ ਸਾਰੇ ਛੁੱਟ ਗਏ ਹੁਣ ਬਿਮਾਰੀਆਂ ਹੀ ਲੱਗਣੀਆਂ ਹੋ ਗਿਆ ਅੰਬ ਲੱਗਣੇ ਆ ਭਾਈ ਧਰਮਣਾ ਯਾਰ ਦੇਖੋ ਸਹੀ ਤੁਸੀਂ ਆ ਜੈਨ ਅੱਖ ਵੀ ਕਮਲਾ ਹੋ ਗਿਆ ਵੀ ਆਹ ਕਿਹੜੀ ਪੁਜੀਸ਼ਨ ਹੈ ਯਾਰ ਬੈਠਣ ਵਾਲੀ ਥੱਲਿਓ ਇਕੱਲੀ ਉਹ ਸੀਟ 'ਚ ਹੀ ਕੱਢ ਦਿਓ ਤੇ ਯਾਰ ਬੰਦੇ ਓਪਰਾ ਕਰਨਗੇ ਵੀ ਇਹ ਬੰਦਾ ਢੇਲਾ ਲੱਗਦਾ ਮੈਨੂੰ ਐਂ ਬੈਠਾ ਹੈ ਹੱਸ ਲਓ ਪਰ ਇਹ ਯਾਦ ਰੱਖਿਓ ਇਹ ਹਾਸੇ ਦੇ ਵਿੱਚ ਇੱਕ ਕੰਮ ਛੁੱਟ ਗਿਆ ਜਿਵੇਂ ਠੀਕ ਹੈ ਬੜਾ ਰੌਲਾ ਪੈ ਰਿਹਾ ਅੱਜ ਕੱਲ੍ਹ ਟੀਵੀਆਂ ਤੇ ਅਖਬਾਰਾਂ 'ਚ ਆਮ ਜ਼ੁਬਾਨੋ ਜ਼ੁਬਾਨੀ ਕਿ ਬੜੇ ਐਡਵਾਂਸ ਹੋ ਗਏ ਪਰ ਕਦੇ ਚਿੱਤ ਲਾ ਕੇ ਸੋਚ ਕੇ ਦੇਖੀ ਕਿ ਘਾਟੇ ਕਿੱਥੇ ਕਿੱਥੇ ਪਏ ਹੈ ਕਿਉਂਕਿ ਜਦੋਂ ਨਵਾਂ ਕੁਛ ਆਉਂਦਾ ਨਾ ਤਾਂ ਉਹਨੂੰ ਡਿਜ਼ਾਇਨ ਕਰਨ ਦੇ ਲਈ ਫਿਰ ਉਸ ਤਰ੍ਹਾਂ ਦਾ ਮੈਂਟਲ ਸੈਟਅਪ ਚਾਹੀਦਾ ਤਾਂ ਕਈ ਵਾਰੀ ਅਸੀਂ ਅਣਜਾਣ ਹੈ ਅਸੀਂ ਮਾਰ ਖਾ ਜਾਂਦੇ ਹਾਂ ਮਾਰ ਖਾ ਜਾਂਦੇ ਉੱਥੇ ਉਹ ਮਾਰਾਂ ਸਾਨੂੰ ਕਿਸੇ ਹੱਦ ਤੱਕ ਪੈ ਗਈਆਂ ਤੰਦਰੁਸਤੀ ਖੰਭ ਲਾ ਕੇ ਉੱਡ ਗਈ ਹਰ ਕੋਈ ਖਾਵੇ ਦਵਾਈ ਡਾਕਟਰ ਕੋਲੋਂ ਕੋਈ ਨੀ ਬਚਿਆ ਕੀ ਬਾਬਾ ਕੀ ਮਾਈ ਉਹਨਾਂ ਨੇ ਦੱਸ ਕੀ ਕਰਨੀ ਕਮਾਈ ਉਹਨਾਂ ਨੇ ਦੱਸ ਕੀ ਕਰਨੀ ਕਮਾਈ ਹੱਜੀ ਦਾ ਪੁੱਤ ਨਿਕਲ ਗਿਆ ਊਤ ਵੇ ਬਾਬਾ ਨਿਕਲਿਆ ਪਿਆ ਸੁਣ ਲਓ ਨੀ ਮੇਰੇ ਮੁਲਖ ਦੀ ਉਹ ਕੁੜੀਓ ਨੀ ਇਸ ਵੀਰ ਦਾ ਤੁਹਾਨੂੰ ਕਹਿਣਾ ਸੁਣ ਲੈ ਨੀ ਮੇਰੇ ਪਿੰਡ ਦੀ ਇਹ ਕੁੜੀਏ ਨੀ ਇਸ ਵੀਰ ਦਾ ਤੁਹਾਨੂੰ ਕਹਿਣਾ ਚਿੱਟੀ ਪੱਗ ਤੇ ਦਾਗ ਜੇ ਲੱਗ ਗਿਆ ਨੀ ਇਹ ਮੁੜ ਕੇ ਨਹੀਂ ਲੈਣਾ ਚਿੱਟੀ ਪੱਗ ਤੇ ਦਾਗ ਜੇ ਲੱਗ ਗਿਆ ਨੀ ਇਹ ਮੁੜ ਕੇ ਨਹੀਂ ਲੈਣਾ ਆਪ ਸਿਆਣੀਆਂ ਹੋ ਜੋ ਆਪ ਸਿਆਣੀਆਂ ਹੋ ਜੋ ਇਹ ਦੁਨੀਆ ਵਾਂਗ ਕੁੱਤੇ ਦੀ ਪੂਛ ਵੇ ਬਾਬਾ ਨਿਕਲਿਆ ਪਿਆ ਔਰ ਇਸ ਨੂੰ ਬੋਲਦੇ ਆ ਪਤਾ ਵੀ ਹੈ ਵੀ ਬਿਮਾਰ ਹੈ ਦੱਸਣ ਨੂੰ ਵੀ ਜੀ ਨਹੀਂ ਕਰਦਾ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਮਾਵਾਂ ਕਦੇ ਪੁੱਤਰਾਂ ਦੇ ਔਗਣ ਨਹੀਂ ਵੇ
ਸੁਣੀਆਂ ਬੜੇ ਘੱਟ ਥਾਵਾਂ ਤੋਂ ਸੁਣਨ ਨੂੰ ਮਿਲਦਾ ਵੀ ਮੇਰਾ ਪੁੱਤ ਨਲਾਇਕ ਨਹੀਂ ਸਾਰੀਆਂ ਕਹਿੰਦੀਆਂ ਮੇਰਾ ਪੁੱਤ ਰਾਜਾ ਸਾਰੀ ਦੁਨੀਆ ਤਾਂ ਫਿਰ ਹੁਣ ਦੇਖ ਲਓ ਜਿਹੜੇ ਮਾਵਾਂ ਨੂੰ ਨਹੀਂ ਪੁੱਛਦੇ ਉਹਨਾਂ ਦੀਆਂ ਮਾਵਾਂ ਕੁਛ ਲਫ਼ਜ਼ ਕਹਿੰਦੀਆਂ ਉਹ ਕਹਿੰਦੀਆਂ ਸਵਾਲ ਹੈ ਜਿੰਨਾ ਕੋਲੇ ਮਾਵਾਂ ਹੈ ਜੀ ਪੁੱਛੀ ਦੁੱਖ ਸੋਹਣਿਆ ਛਾਂ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ ਛਾਂ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ ਬੰਦਾ ਰੋਂਦਾ ਪਿੱਛੋਂ ਬੰਦਾ ਰੋਂਦਾ ਪਿੱਛੋਂ ਬੰਦਾ ਰੋਂਦਾ ਪਿੱਛੋਂ ਵੇਖ ਵੇਖ ਥਾਵਾ ਦੁੱਧਾਂ ਨਾਲ ਉਹ ਪੁੱਤ ਪਾਲ ਕੇ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਹੁਣ ਅੱਜ ਪਹਿਲਾਂ